ਕੋਈ ਗੱਲ ਨੀ ਬਈ, ਬਹੁਤ ਵਧੀਆ ਕੁਸ਼ਤੀ ਹੋਈ ਹੈ। ਇਹ ਪ੍ਰਧਾਨ ਸਾਹਿਬ ਖੜੇ ਹੈ, ਪੇਪੀ ਸ਼ਾਹ ਜੀ ਖੜੇ ਨੇ, ਉਹ ਬੱਲੇ 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 ਅਹਿਮਦੀਨ ਜੀ, ਅਹਿਮਦੀਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਆਪਣੀ ਕਲਮ ਤੋਂ ਲਿਖਿਆ ਹੈ ਕਿ ਹਿੰਦੂ ਬੋਰਾ ਯੇ ਕੁਰਾਨ ਨਹੀਂ ਕਹਿਤਾ, ਹਿੰਦੂ ਬੋਰਾ ਯੇ ਕੁਰਾਨ ਨਹੀਂ ਕਹਿਤਾ, ਉੱਠ ਕਰ ਤੋੜੋ ਮਸਜਿਦ ਮਜ਼ਾਰ ਯੇ ਸ਼੍ਰੀ ਰਾਮ ਨਹੀਂ ਕਹਿਤੇ, ਰੋਟੀ ਕੀ ਕੋਈ ਮਜ਼ਬ ਨਹੀਂ ਹੋਤਾ, ਰੋਟੀ ਕਾ ਕੋਈ ਮਜ਼ਬ ਨਹੀਂ ਹੋਤਾ, ਪਾਣੀ ਕੀ ਕੋਈ ਬਾਤ ਨਹੀਂ ਹੋਤੀ, ਯਹਾਂ ਪੇਤੀ ਜੈਸਾ ਪ੍ਰਧਾਨ ਹੋ ਵਹਾਂ ਮਜ਼ਬ ਕੀ ਕੋਈ ਬਾਤ ਨਹੀਂ ਹੋਤੀ। ਸਲੋਰੇ ਦੀ ਧਰਤੀ ਹੈ, ਪਟਾਕੇ ਐਦਾਂ ਹੀ ਪੈਣੇ, ਇੱਥੇ ਤਾਂ ਛੋਟੇ ਵੀ ਭੱਜਣੇ, ਪਟਾਕੇ ਵੱਡੇ ਵੀ ਭੱਜਣੇ, ਹਾਲੇ ਤਾਂ ਕਾਰਤੂਸ ਪਿੱਛੇ ਹੈ, ਹਾਲੇ ਤਾਂ ਕਾਰਤੂਸ ਪਿੱਛੇ ਹੈ, ਕਿਉਂਕਿ ਲੋਕਾਂ ਨੂੰ ਸ਼ੱਕ ਤਾਂ ਰਹਿਣੀ ਆ, ਹੋ ਸਲਾਰਾ ਪਿੰਡ ਦਾ ਦੰਗਲ ਧੱਕ ਤਾਂ ਪੈਣੀ ਆ, ਪੈਣੀ ਹੈ, ਪੈਣੀ ਹੈ, ਵਾਹ ਬਈ ਵਾਹ। ਤਾਂ ਹੀ ਉਹਦੀ ਮਾਰ ਕੇ ਦੱਸੋ ਕੋਈ ਲਾਗੇ ਅਦਰ ਕਹਿੰਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ, ਰਿਆਸੀ ਵਾਲਾ ਸਰਜੀਤ ਉੱਪਰਲੇ ਪਾਸੇ ਹੈ, ਰਾਮੇ ਵਾਲੀ ਆ ਸਨੀ ਹੇਠਲੇ ਪਾਸੇ ਹੈ, ਉਧਰ ਅਮਨਾ ਬਾੜੋ ਵਾਲੀ ਆ ਤੇ ਨਾਲ ਸੰਜੂ ਚਿਬ, ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ, ਇਹਨਾਂ ਗੱਭਰੂਆਂ ਦਰਮਿਆਨ ਅਗਲੀ ਕੁਸ਼ਤੀ ਮੰਨਾ ਟੰਗਣੀ ਵਾਸਤੇ ਸਲਵਾਰ ਤਿਆਰ ਰਹੋ, ਨਾਲੀ ਫਿਜੇ ਹੋਰ ਵੀ ਤਿਆਰ ਬਰਤਿਆਰ ਹੋ ਜਾਓ, ਇਹ ਵੀ ਤਿਆਰ ਬਰਤਿਆਰ ਹੋ ਜਾਓ, ਵਾਹ ਵੀ ਵਾ, ਬੱਲੇ 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 ਆਇਓ ਰਿਸਾ ਭਾਈ ਫੇਜ਼ਾ ਦੇ ਬੋਬੀ, ਫੇਜ਼ਾ ਦੇ ਬੋਬੀ ਆਓ ਜਲਦੀ ਦੇ ਨਾਲ, ਆਜੋ ਜਲਦੀ ਦੇ ਨਾਲ, ਹਾਲੇ ਤਾਂ ਮੰਨਾ ਵੀ ਤਿਆਰੀ ਕਰ ਰਿਹਾ ਹੈ, ਹਾਲੇ ਤਾਂ ਮੰਨਾ ਵੀ ਤਿਆਰੀ ਕਰ ਰਿਹਾ ਹੈ, ਸਾਡੇ ਫੁੱਲ ਸਾਹਿਬ ਜਲੰਧਰ ਤੋਂ ਯੂਕੇ ਦੇ ਵਿੱਚ ਬੈਠੇ ਹੈ, ਆਹ ਨੇਕੀ ਭਲਵਾਨ ਕੰਗਣੀਵਾਲ ਹੈ, ਉਹ ਵੀ ਇੰਗਲੈਂਡ ਤੋਂ ਯੂਕੇ ਤੋਂ ਲਾਈਵ ਤੱਕ ਦੇ ਵਾਰੀ ਦੇ ਖੇਡ ਮੇਲੇ ਨੂੰ ਸਾਹਮਣੇ ਕੁਸ਼ਤੀ ਕਾਰੇ ਦੇ ਵਿੱਚ, ਬਹੁਤ ਬਹੁਤ ਧੰਨਵਾਦ ਹੈ ਬੰਗਾ ਉਰਗਨ, ਇਹਨਾਂ ਬੋਲਾਂ ਲਈ ਵੱਡੀ ਮਾਸਮਾ ਤੋਜੀ ਕਰਦਾ ਹੈ, ਵਾਕਿਆ ਅਰਰੋ ਦਿਨ ਭਾਰ ਦੇ ਕਦੇ ਬੱਗੇ ਦਾ, ਬਹੁਤ ਬਹੁਤ ਧੰਨਵਾਦ ਹੈ। ਇੱਕ ਵਾਰ ਬਾਅਦ ਚੱਲ ਗਿਆ, ਦੋ ਵਾਰ ਬਾਅਦ ਹੋ ਗਿਆ, ਲਾਸਟ ਵਾਰ ਨਹੀਂ ਗਿਆ, ਹੁਣ ਲਾਸਟ ਵਾਰ ਨਹੀਂ ਗਿਆ ਜੀ, ਹੁਣ ਜੇ ਤੀਜੀ ਵਾਰ ਬਾਅਦ ਚੱਲ ਗਿਆ ਫਿਰ ਮੁੰਡੇ ਨੂੰ ਜੇਤੂ ਕਰਾ ਦੇ ਦੇਣਾ ਫਿਰ ਦੇਖੋ, ਹਾਂ ਅਮਨਾ ਪਹਿਲ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ, ਉੱਧਰ ਰਾਮੇ ਵਾਲੀਆਂ ਨਿਕਲ ਕੇ ਸਾਹਮਣੇ ਆਇਆ ਨੌਜਵਾਨ, ਵਾਕੇ ਚੱਲਦੀਆਂ ਹੋਈਆਂ ਕੁਸ਼ਤੀਆਂ ਇਹਨਾਂ ਨੌਜਵਾਨਾਂ ਦਰਮਿਆਨ, ਬਾਈ ਬਾਬੀ ਪਹਿਲਵਾਨ ਬਾਹਰੋਂ ਆ ਤਿਆਰ ਹੋ ਕੇ ਨੇੜੇ ਆ ਜਾਓ, ਬਾਬੀ ਪਹਿਲਵਾਨ ਬਾਹਰੋਂ ਵਾਲੇ ਇਹ ਬਾਤ ਤਿਆਰ ਹੋ ਕੇ ਨੇੜੇ ਪੁੱਜੋ, ਪਹਿਲਵਾਨ ਨੋਟ ਕਰਿਓ ਜਲਦੀ ਨਾਲ ਤਿਆਰ ਹੋ ਕੇ ਪੁੱਜਿਓ, ਵਾਕੇ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ, ਜੱਸੇ ਉਹ ਵੀ ਤਿਆਰ ਹੋ ਜਾ, ਹਾਂਜੀ ਅਰੁਣ ਪੰਨੀ ਭਾਜੀ, ਲੋਕ ਜੁੜੇ ਐ, ਲੋਕ ਉੱਠੇ ਨਹੀਂ ਇੱਥੋਂ ਕੋਈ ਵੀ, ਕਰਨ ਇਹ ਵੀ ਤਿਆਰ ਹੋ ਜਾਓ, ਰਸ਼ੀਦ ਤੇ ਕਰਨ ਨੋਟ ਕਰੋ ਪਹਿਲਾਂ ਤਿਆਰ ਹੋ ਜਾਓ, ਹਾਂਜੀ ਕਰਿਓ, ਵਧੀਆ ਕੁਸ਼ਤੀਆਂ, ਵਧੀਆ ਮੇਲਾ, ਵਧੀਆ ਕਹਿੰਦੇ ਵੀ ਅੱਜ ਰੰਗ, ਉਹ ਵਧੀਆ ਠੱਠ ਵੱਜਿਆ ਹੋਇਆ, ਵਧੀਆ ਲੋਕ ਇਕੱਠੇ ਹੋਏ, ਪੇਤੀ ਸ਼ਾਹ ਜੀਆਂ ਦਾ ਮੇਲਾ ਹੈ, ਸਾਡੇ ਸਲੋਰਾ ਦੰਗਲ ਕਮੇਟੀ ਦਾ ਮੇਲਾ ਜੀ,
ਭਾਈ ਬਾਬੀ ਪਹਿਲਵਾਨ ਬਾੜੋਵਾਲ ਧਿਆਨ ਦਿਓ, ਇਹ ਜੱਸੇ ਵਾਲੀ ਕਿੱਟ ਵੀ ਨਾਲੇ ਲਿਆਇਓ ਪਲੀਜ਼। ਬਾਬੀ ਪਹਿਲਵਾਨ ਬਾੜੋਵਾਲ ਧਿਆਨ ਦਿਓ, ਜੱਸੇ ਵਾਲੀ ਕਿੱਟ ਵੀ ਨਾਲੇ ਲਿਆਇਓ। ਲਓ ਉੱਧਰ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਰੈਫਰੀ ਸਾਹਿਬਾਨ ਕੋਲ ਫਿਰ ਕੇ ਵੇਖਦੇ ਕਣ ਜਿੱਤ ਦਾ ਕੋਣ ਹੱਦਾਂ ਕਿਹੜੀ ਕਿਹੜੀ ਕੁਸ਼ਤੀ ਚੋਂ, ਇਹ ਬਾਤਾਂ ਸਮਝਦੀਆਂ ਹੋਣੀਆਂ। ਉੱਧਰ ਬਾਹਰੋਂ ਵਾਲੀਆਂ ਅਮਨਾ ਦੇ ਨਾਲ ਸੰਜੂ, ਪਰ ਇੱਧਰਲੇ ਪਾਸੇ ਇੱਧਰਲੇ ਪਾਸੇ ਸਰਜੀਤ ਦੇ ਸੰਨੀ ਦੀ ਕੁਸ਼ਤੀ ਚੱਲਦੀ ਹੈ। ਰਾਮੇ ਵਾਲੀਆ ਸੰਨੀ ਦੁਆਬੇ ਦਾ ਏਰੀਆ ਤੇ ਇੱਕ ਪਾਸੇ ਸਰਜੀਤ ਆ ਰਿਹਾ ਸੀ ਵਾਲਾ, ਵੇਖਦੇ ਕਣ ਜਿੱਤ ਦਾ ਕੋਣ ਹੱਦਾਂ। ਕਹਿੰਦਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ, ਆ ਯਾਰ ਦੇ ਲੱਗ ਕੈਮ ਨੇ ਰੱਖੇ, ਹੁਣ ਇੰਜਨ ਬਣਨੇ ਪੈਂਦੇ ਜਦੋਂ ਗਰਾਰੀ ਅੜਦੀ ਆ। ਕਹਿੰਦਾ ਨੋਟ ਮੈਟਰ ਨਹੀਂ ਕਰਦੇ, ਆਏ ਮੈਟਰ ਯਾਰੀ ਕਰਦੀ ਹੈ, ਮੈਟਰ ਯਾਰੀ ਕਰਦੀ ਹੈ। ਵਾਕੇ ਆ ਯੋਗ ਲੱਗਿਆ ਹੋਇਆ ਮੈਦਾਨ ਦੇ ਵਿੱਚ, ਨਹੀਂ ਉਹ ਰਿਸ਼ਾ, ਵਾਕੇ ਯੁੱਧ ਹੋ ਰਿਹਾ, ਯੁੱਧ ਹੋ ਰਿਹਾ। ਇੱਕ ਪਾਸੇ ਸਨੀ ਤੇ ਸਰਜੀਤ, ਬੱਲੇ ਬੱਲੇ ਬੱਲੇ, ਕਹਿੰਦੇ ਇਹਦੇ ਵਿੱਚ ਵੀ ਅੰਨਾ ਯੋਰ ਹੈ, ਅਮਨਾ ਅੰਨਾ ਹੈ। ਬਾੜੋਵਾਲ ਦੀ ਧਰਤੀ ਦਿੰਦੇ ਦਾ ਛੋਟਾ ਵੀਰ ਹੈ, ਦਿੰਦੇ ਦਾ ਛੋਟਾ ਵੀਰ ਹੈ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ, ਇਹਨਾਂ ਗੱਭਰੂਆਂ ਦਰਮਿਆਨ ਹੈ। ਵਾਹ ਵੀ ਵਾਹ, ਬੱਲੇ 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 ਬੱਲੇ, ਨਹੀਂ ਉਹ ਰਿਸ਼ਾ ਹਾਊਸ ਚੜ ਗਿਆ ਉੱਪਰ, ਕਹਿੰਦੇ ਧੌਣ ਤੇ ਗੋਡਾ ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਚੇਲਾ ਏ, ਆ ਕਹਿੰਦੇ ਨੇਕੀ ਦਾ ਚੇਲਾ ਏ। ਕੰਕਣੀ ਵਾਲਾ ਮੰਨਾ ਹੱਥ ਖੜਾ ਕਰਦੀ ਮੰਨਿਆ, ਫਿਰ ਸਾਡੇ ਪਿੱਠੀ ਉਹਨਾਂ ਦਾ ਭਤੀਜ ਕਹਿ ਲਓ ਵੀ ਪੁੱਤ ਭਤੀਜ, ਨੇਕੀ ਭਾਵੇਂ ਇੰਗਲੈਂਡ 'ਚ ਵੱਸਦਾ ਤੇ ਪੰਜਾਬੀਆਂ ਦੀ ਕਹਿੰਦੇ ਵੀ ਬਲੈਤੀ ਆ, ਇੰਗਲੈਂਡ ਵਾਲੇ ਜਿੰਨੇ ਬੰਦੇ ਗਏ ਹੋਏ ਆ ਉਹਨਾਂ ਨੂੰ ਬਲੈਤੀ ਆ ਕਹਿੰਦੇ ਆ। ਅੱਜ ਵੱਡਾ ਪਿਆਰ ਹੈ, ਵੱਡਾ ਪਿਆਰ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾ ਕੇ। ਬਹੁਤ ਸੋਹਣੀ ਕੁਸ਼ਤੀ, ਵਾਹ ਭੱਲੇ ਉਹ ਸ਼ੇਰ ਜਵਾਨਾ, ਏ ਖੇਡੀ ਜਾ ਵਿੱਚ ਮਦਾਨਾ, ਭੱਲੇ ਉਹ ਸ਼ੇਰ ਜਵਾਨਾ ਜਵਾਨਾ। ਇਹ ਸਾਨਾ ਝੋਟਿਆਂ ਦਾ ਭੇੜ ਹੈ, ਇਹ ਭਾਰ ਸਹਿਣਾ ਕੋਈ ਇੱਕ ਦੂਜੇ ਦਾ। ਹੈਲੋ ਇਹਦੇ ਗੋਡੇ ਦੀ ਆਵਾਜ਼, ਹੈਲੋ ਹੈਲੋ ਭਰਾ ਜੀ ਮੈਨੂੰ ਖੜੇ ਦੀ ਸੌਂ ਲੱਗੇ, ਠੀਕ ਹੈ ਕੁਸ਼ਤੀ ਦੇਣੀ ਆ ਰੈਫਰੀ ਨੇ, ਠੀਕ ਹੈ ਤੇ ਆ ਖੜਾ ਰੈਫਰੀ, ਠੀਕ ਹੈ ਸਾਨੂੰ ਤਾਂ ਖੜੇ ਦੀ ਜਿਹੜੀ ਤੁਸੀਂ ਕਿੰਨੀ ਮਰਜ਼ੀ ਸੌਂ ਚੁਕਾਈ, ਚਲੋ ਹੱਦ ਹੋ ਗਈ ਉੱਧਰ, ਇੱਥੇ ਬਹਿਸ ਨਹੀਂ ਕਰਨੀ ਭਾਈ, ਰੈਫਰੀ ਦਾ ਪੈਸਾ ਸੁਣ ਕੇ ਤੁਰਿਆ ਹੋਇਆ ਛੇ ਪੰਜ ਟਾਈਮ ਹੋਇਆ ਵੀ ਚੁੱਪ ਕਰਕੇ ਆਪਣੀ ਜਗ੍ਹਾ ਚਲੀ ਆ, ਮੈਂ ਜਿਹੜੀ ਗੱਲ ਕਰਦਾ ਜੇਤੂ ਕਰਵਾ ਕੋਈ ਬਹਿਸਬਾਜ਼ੀ ਨਹੀਂ ਕਰਦੀ, ਕਿਉਂਕਿ ਅਸੀਂ ਇਸ਼ਾਰਾ ਜਿਹੜਾ ਹੈ ਉਹ ਰੈਫਰੀ ਦਾ ਦੇਖਦੇ ਹੁੰਦੇ ਆ। ਲਓ ਹੱਥ ਖੜਾ ਕਰਦੇ ਇੱਕ ਵਾਰੀ ਪਹਿਲਵਾਨ ਸਲਵਾਨ, ਪਹਿਲਵਾਨ ਉਧਮਪੁਰ ਤੇ ਨਾਲ ਮੰਨਾ ਪਹਿਲਵਾਨ ਕੰਗਣੀ ਵਾਲ, ਚਲੋ ਬੱਲੋ ਜਿਹੜਾ ਮੈਦਾਨ ਦੇ ਵਿੱਚ ਪ੍ਰਾਪਤ ਕਰ ਗਿਆ ਇਹ ਅਸਲੀ ਪਹਿਲਵਾਨ ਰਾਮੇ ਵਾਲ ਪ੍ਰਧਾਨ।